सोशल मीडिया से यह वीडियो खूब वायरल हो रही है, जिस विच नज़र आ रहा कि कई लोग डांगा सोटे चुकी एक वारदात नूं अंजाम देन जा रहे ने। अगे जो ये कारा करन वाले ने ओ हौलनाक तस्वीरां देख तुहाडी रूह कंब जावेगी। हुण देखो ये लोग दुकान दे विच दाखल हो जांदे ने, जिथे ये दुकानदार दे नाल बुरी तरह कुटमार करदे ने। तस्वीरां तुसीं देख सकते हो कि डांगा सोटे लैके दुकानदार दे उपर तावा बोल दिंदे ने। असल च तस्वीरां कपूरथला दे गुरद्वारा श्री बेर साहब दियां ने, जिथे बाहर इन्हां लोकां ने दुकानदार ते हमला कर दिता, जिस विच तीन लोग गंभीर रूप दे विच जख्मी हो गए, जिन्हां नूं सिविल हस्पताल दे विच दाखल किया गया। हुण पूरा मामला सुनो पीड़ित दे मूहों। मेरा नाम जी कश्मीर सिंह है जी, शहर का मैं नंबरदार हाँ जी। घटना जी जसवीर सिंह टोनी है, ये पहलों ये है साढ़े ना गाली गलोच करके गया दुकान से जी। चलो अही चुप किते रहे गड़ी हूँ, बाद सानू नहीं पता भी इन्हें आके साढ़े हमला करना वा। मैं सी मेरा बेटा ही छोटा ते नाल मेरा भतीजा ही दुकान से ही बैठे सीगे। इहदा बेटा इहदे घर दी गुरप्रीत इहनां दा बेटा वा, सुनीता उहदे घर दी आ टोनी दे जी, ते नाल 15-20 तो मुंडे मंडीर सी जिहड़ी गल उह नकली निहंग सिंह सिरां तों मुंडे ही दमाले उहनां ने बधे होए सी। किसे कोल कृपान सी, किसे कोल बरशा जी। दुकान दे विच जदों सब तों पहलां सुनीता अंदर वड़ी आ, इन्हें बेटे को चपेट मार के उहदी पग उतारी, जिहड़ी दस्तार सी सिर ते केसां तों फड़ लैणी घड़ीसिया वा। बाकियां ने कुछ नहीं देखिया भी कित्थे वजदी कित्थे नहीं वजदी जी, ते सन दे जाण तक मतलब कि पता ही नहीं की हो गया वा। अहीं तां शिलौंग जी रहे, ते इहदा बेटा जिहड़ा दस के चले गया वी आह मुंडा वा, आह दुकान वा। जिहदे विच एक बंदे को जिहड़ा इहने चोला पाया सी नीला, और उहदे कोल रिवालवर सीगा जी। ਡਾਂਜ ਨੂੰ ਸੁਣਦਾ ਮਤਲਬ ਕਿ ਕਾਫ਼ੀ ਇੱਥੇ ਖਲਾਰਾ ਪਾਇਆ ਇਹਨਾਂ ਨੇ, ਭੰਨ ਤੋੜ ਕੀਤੀ ਸਾਡੀ ਜੀ ਦੁਕਾਨ ਦੀ, ਬੜੀ ਦੁਨੀਆ ਉੱਥੇ ਇਕੱਠੀ ਹੋਈ, ਅਤੇ ਪਰ ਇੱਦਾਂ ਦੇ ਕੰਮ ਦੇ ਵਿੱਚ ਕੋਈ ਲਾਗੇ ਨਹੀਂ ਆਉਂਦਾ। ਸਾਰੀ ਘਟਨਾ ਹੋਈ ਹੈ ਜੀ। ਪੈਸਿਆਂ ਦਾ ਲੈਣ ਦੇਣ ਸੀ ਤੁਹਾਡਾ? ਪੈਸਿਆਂ ਦਾ ਇਹਨਾਂ ਦਾ ਲੈਣ ਦੇਣ ਸਾਡਾ ਕੋਈ ਨਹੀਂ ਗਾ ਜੀ। ਜਲੰਧਰੋਂ ਅਸੀਂ ਰੇਹੜੀ ਬਣਵਾਈ ਸੀਗੀ, ਸਾਡਾ ਉਹਨਾਂ ਨੂੰ ਪੂਰਾ ਕੰਮ ਨਹੀਂ ਕੀਤਾ, ਅਸੀਂ ਉਹਨਾਂ ਦਾ ਜਿਹੜਾ 10,000 ਰੁਪਇਆ ਰੱਖ ਲਿਆ ਸੀਗਾ। ਇਹ ਤਾਂ ਇਹ ਕਹਿੰਦੇ ਸਾਡੀ ਜ਼ਿੰਮੇਵਾਰੀ ਆ ਵੀ ਅਸੀਂ 10 ਰੁਪਇਆ ਜ਼ਿੰਮੇਵਾਰੀ 'ਤੇ ਲਿਆਉਂਦੀ ਰੇਹੜੀ ਉਦਣ। ਇਹਨਾਂ ਦੇ ਕਹਿਣ ਇਹਨਾਂ ਨੇ ਸਾਨੂੰ ਕਹਿੰਦੇ ਵੀ 2,000 ਰੁਪਇਆ ਕਰਕੇ ਉਹਨਾਂ ਨੂੰ ਦੇ ਦਿਓ। ਪਿਛਲੇ ਸੋਮਵਾਰ ਇਹਨਾਂ ਦੇ ਕਹਿਣ 'ਤੇ ਅਸੀਂ 2,000 ਰੁਪਇਆ ਉਹਨੂੰ ਪਾਇਆ, 2,000 ਰੁਪਇਆ ਅਸੀਂ ਅੱਜ ਪਾਉਣਾ ਸੀ ਸੋਮਵਾਰ, ਅਤੇ ਕੱਲ੍ਹ ਇਹਨਾਂ ਨੂੰ ਰੇਹੜੀ ਵਾਲਿਆਂ ਨੂੰ ਸੱਦ ਕੇ ਅਤੇ ਜੋ ਸਾਡੇ 'ਤੇ ਹਮਲਾ ਕੀਤਾ ਵਾ ਉਹ ਸਾਨੂੰ ਕਿਸੇ ਗੱਲ ਦੀ ਸਮਝ ਨਹੀਂ ਲੱਗੀ ਵੀ ਇਹਨਾਂ ਨੇ ਕਿਉਂ ਸਾਡੇ 'ਤੇ ਹਮਲਾ ਕੀਤਾ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਮੇਰਾ ਨਾਮ ਜਸਪ੍ਰੀਤ ਸਿੰਘ ਆ, ਮਹੱਲਾ ਪੰਡੋਰੀਆ, ਸੁਲਤਾਨਪੁਰ ਲੋਧੀ। ਜਿਸ ਕਰਕੇ ਲੰਬਰਦਾਰ ਕਸ਼ਮੀਰ ਸਿੰਘ ਜੀ ਦੀ ਮੈਂ ਅਗਵਾਈ ਪਾਈ ਸੀ, 10,000 ਰੁਪਏ ਦੀ ਜਲੰਧਰ ਤੋਂ ਰੇਹੜੀ ਨੂੰ ਨਵੀਂ ਬਣਵਾ ਕੇ ਦਿੱਤੀ ਸੀ। ਉਸ ਵਿੱਚ ਇਹਨੂੰ ਮੈਂ ਰੇਹੜੀ ਲੈਣ ਅਤੇ ਬਾਬਾ 'ਚੋਂ ਲਾਲੇ ਉੱਥੋਂ ਆਏ ਜਲੰਧਰ ਵੀ ਤੇਰੀ ਗਵਾਈ ਆ ਤੂੰ ਸਾਡੇ ਨਾਲ ਚੱਲ। ਉਹਨਾਂ ਨੂੰ ਮੈਂ ਕਿਹਾ ਵੀ ਮੇਰੇ ਸੀ ਅਤੇ ਮੈਂ ਟਾਂਕੇ ਲਵਾਏ ਹੋਏ ਆ, ਮੇਰੇ ਪ੍ਰਸ਼ਨ ਹੋਇਆ ਵਾ। ਪ੍ਰਸ਼ਨ ਹੋਣ 'ਤੇ ਬਾਬਾ ਜੀ ਤੋਂ ਕਹਿੰਦੇ ਮਾੜੇ ਸਾਡੇ ਨਾਲ ਚੱਲ। ਨਾਲ ਗਿਆ ਅਤੇ ਕਹਿੰਦੇ ਜੀ ਅਸੀਂ 8,000 ਰੁਪਏ 10,000 ਤੋਂ 2,000 ਇਹਨੂੰ ਦੇਤਾ ਸੀ, ਹੁਣ 8,000 ਅਸੀਂ ਨਹੀਂ ਦੇਣਾ ਇਹਨੂੰ। ਸਾਫ਼ ਹੀ ਮੁੱਕਰ ਗਏ ਅਤੇ ਮੇਰੇ ਗਲ ਪੈ ਗਏ, ਇਹਦੇ ਦੋਨੇ ਬੱਚੇ ਮੇਰੇ ਮੁੱਕੀ ਕਸੁੰਨਾ ਉਹਨਾਂ ਜੋ ਆਇਆ ਹੱਥ 'ਚ ਮਾਰੀ ਗਏ, ਮੇਰੇ ਗੁਜਮੀਆਂ ਮਾਰੀਆਂ। ਮੈਂ ਝੂਠ ਨਹੀਂ ਬੋਲਣਾ, ਸੱਚਾਈ 'ਤੇ ਰਹਿਣਾ। ਮੈਂ ਇਹ ਨਹੀਂ ਵੀ ਸੱਟਾਂ ਆਪ ਹੀ ਲਵਾ ਕੇ ਘਰ ਵਿੱਚ ਬਹਿ ਕੇ ਤੂੰ ਇਹਨਾਂ ਦਾ ਪੱਟੀਆਂ ਕਰਵਾ ਲਾਂ, ਟਾਂਕੇ ਲਵਾ ਲਾਂ, ਇਹ ਕੰਮ ਨਹੀਂ ਮੈਂ ਕਰਨਾ। ਕਿਉਂਕਿ ਮੇਰੇ ਕੋਲ ਹੀ ਇਹ ਮੁੰਡੇ ਕੰਮ ਸਿੱਖਿਆ ਸੀ, ਮੈਂ ਆਪਣਾ ਹੀ ਸਮਾਨ ਦੇ ਕੇ ਇਹਨਾਂ ਨੂੰ ਤਵੇ ਚੁੱਲ੍ਹੇ ਦੇ ਕੇ ਇਹਨਾਂ ਨੂੰ ਕੰਮ ਸਿਖਾਇਆ ਪਤੀ, ਅਤੇ ਇਹਨਾਂ ਨੇ ਮੇਰੇ ਨਾਲ ਆਹ ਵਾਰਦਾਤ ਭਾਣਾ ਵਰਤਿਆ ਵੀ ਮੇਰੇ ਗਲ ਪੈ ਗਏ। ਦੋਨੇ ਤੀਵੀਂ ਆਦਮੀ ਕੋਲ ਹੀ ਸੀ ਲੰਬੜਦਾਰ ਨੇ, ਅਤੇ ਇਹਨਾਂ ਨੇ ਮੇਰੇ ਗਲ ਪਵਾਤੇ ਬੱਚੇ। ਕਹਿੰਦੇ ਕਰ ਲਓ ਜੋ ਕਰਨਾ, ਥਾਣੇ ਦਰਖਾਸਤ ਜਾਂ ਨਹੀਂ ਦੇ ਦਿਓ, ਸਾਨੂੰ ਕੋਈ ਟੈਨਸ਼ਨ ਨਹੀਂ। ਉੱਧਰ ਪੁਲਿਸ ਨੇ ਇਸ ਮਾਮਲੇ ਬਾਬਤ ਕੀ ਕਿਹਾ ਉਹ ਵੀ ਸੁਣ ਲਓ। ਉਹਦੇ ਮੌਕੇ ਤੇ ਮੁੰਡਿਓ ਕੀ ਗੱਲਬਾਤ ਹੋਈ ਆ? ਬਾਈ ਇੱਥੇ ਇੱਕ ਲੜਾਈ ਹੋਈ ਆ, ਬਾਹਰੋਂ ਮੁੰਡੇ ਆ ਕੇ ਭੰਨ ਤੋੜ ਕਰ ਗਏ, ਉਹ ਦੇਖਦੇ ਆ ਜੋ ਬਿਆਨ ਕਰਾਉਣਗੇ ਉਸ ਹਿਸਾਬ ਨਾਲ ਕਾਰਵਾਈ ਕਰਦੇ। ਕਿੰਨੇ ਕੁ ਮੁੰਡੇ ਆ ਜਿਨ੍ਹਾਂ ਨੇ ਹਮਲਾ ਕੀਤਾ ਦੁਕਾਨ 'ਤੇ? ਕੈਮਰਾ ਖਿਲਾ ਕੇ ਦੇਖੂਗਾ ਹੁਣ ਕਿੰਨੇ ਆ, ਉਹ 10-15 ਦਾ। ਅੱਛਾ ਜੀ, ਕੋਈ ਨੁਕਸਾਨ ਵੀ ਹੋਇਆ ਇਹਨਾਂ ਦਾ ਜਾਂ ਨਹੀਂ? ਨਹੀਂ ਨੁਕਸਾਨ ਨਹੀਂ ਹੋਇਆ। ਸੱਟਾਂ ਸੁੱਟਾਂ ਲੱਗੀਆਂ ਕਿਸੇ ਦੇ? ਨਾ ਉਹ ਪੁੱਛਦੇ ਆ ਜੇ ਗੱਲਬਾਤ ਹੋਈ ਨਹੀਂ ਇਹਨਾਂ ਨਾਲ, ਅਤੇ ਪਤਾ ਲੱਗਾ ਸੀ ਉਸ ਹਿਸਾਬ ਨਾਲ ਗੱਲ ਕਰਕੇ ਇਹਨਾਂ ਦਾ।
पुलिस अधिकारी का कहना है कि सीसीटीवी कैमरे की वीडियो खंगाली जा रही है और पीड़ितों के बयान के आधार से दोषियों के खिलाफ बनती कार्रवाई की जाएगी। हकीकत टीवी पंजाबी लई कपूरथला तो कश्मीर सिंह पंडाल की रिपोर्ट।